ਸਾਸਵਿਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੈਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਖਬਰਾਂ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਬੁਲੇਟਨ ਦੇ ਸਪான்ਸਰਸ ਨੇ ਰੀਮੈਕਸ ਦੇ ਰੀਅਲਟਰ ਗੁਰ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਫੋਨ ਨੰਬਰ 9163209444 ਪੇਸ਼ ਨੇ ਚੋਣਵੀਆਂ ਖਬਰਾਂ ਪਨਾਸ਼ਾ ਕਮ ਦਾ ਨਵਾਂ ਫਰਮਾਨ ਬੱਚਿਆਂ ਦੇ ਨਾਂ ਰੱਖੋ ਬੰਬ ਗਨ ਸੈਟਲਾਈਟ ਭਾਰਤ ਦਾ G20 एजेंडा ਸਭ ਦੇ ਪਲੇ ਲਈ ਹੋਵੇਗਾ ਮੋਦੀ ਆਪ ਆਗਵਾ ਨੇ ਗੈਰ ਕਾਨੂੰਨੀ ਫੰਡ ਇਕੱਠੇ ਕਰਨ ਲਈ ਸ਼ਰਾਬ ਨੀਤੀ ਨੂੰ ਹੱਥ ਕੰਡਾ ਬਣਾਇਆ ED ਗੁਜਰਾਤ ਚੋਣਾ ਪਹਿਲੇ ਗੇੜ ਲਈ 60.23% ਵੋਟਾਂ ਪਈਆਂ ਸ਼ੇਅਰ ਬਾਜ਼ਾਰ ਰਿਕਾਰਡ ਨਵੀਂ ਉਚਾਈ ਤੇ ਡਿਜੀਟਲ ਰੁਪਈ ਨਾਲ ਪਹਿਲੇ ਦਿਨ ਹੋਇਆ 800 ਕਰੋੜ ਦਾ ਲੈਣ-ਦੇਣ ਅਜੇ ਸਿਰਫ 4 ਬੈਂਕਾਂ ਵਿੱਚ ਇੱਕ ਕਰੰਸੀ ਹੋਣ ਖਬਰਾਂ ਵਿਸਥਾਰ ਦੇ ਵਿੱਚ ਉੱਤਰੀ ਕੋਰੀਆ ਦੇ ਤਾਨਾਸ਼ਾ ਕਿਮ ਜੋਂਗ ਉਨ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ ਇਸ ਫਰਮਾਨ ਵਿੱਚ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਂ ਬੰਬ ਗਨ ਅਤੇ ਸੈਟੇਲਾਈਟ ਰੱਖਣ ਲਈ ਕਿਹਾ ਗਿਆ ਅਜਿਹੇ ਨਾਵਾਂ ਨੂੰ ਦੇਸ਼ ਭਗਤੀ ਭਰਪੂਰ ਦੱਸਿਆ ਗਿਆ ਸਰਕਾਰ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਦੇਰੇ ਵਿਚਾਰਤਾਰਕ ਅਤੇ ਫੌਜੀ ਨਾਮ ਰੱਖਣੇ ਚਾਹੀਦੇ ਨੇ ਬਹੁਤ ਜ਼ਿਆਦਾ ਸਾਦਗੀ ਵਾਲੇ ਨਾਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਰੇਡੀਓ ਫਰੀ ਏਸ਼ੀਆ ਦੀ ਰਿਪੋਰਟ ਵਿੱਚ ਇਹ ਦਾਅਵਾ ਸਥਾਨਕ ਲੋਕਾਂ ਨਾਲ ਗੱਲਬਾਤ ਦੇ ਆਧਾਰ ਤੇ ਕੀਤਾ ਗਿਆ ਇਸ ਤੋਂ ਪਹਿਲਾਂ ਉੱਤਰੀ ਕੋਰੀਆ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦੱਖਣੀ ਕੋਰੀਆ ਦੇ ਹੋਰ ਪਿਆਰੇ ਨਾਵਾਂ ਜਿਵੇਂ ਏ ਰੀ ਪਿਆਰ ਕਰਨ ਯੋਗ ਅਤੇ ਸ਼ੂ ਮੀ ਬਹੁਤ ਸੁੰਦਰ ਵਰਗੇ ਸਿਰਲੇਖ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਹੁਣ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਕਿ ਇਸ ਤਰ੍ਹਾਂ ਦੇ ਨਾਵਾਂ ਵਾਲੇ ਲੋਕਾਂ ਨੂੰ ਦੇਸ਼ ਭਗਤੀ ਅਤੇ ਵਿਚਾਰਧਾਰਾ ਵਾਲੇ ਹੋਰ ਨਾਂ ਰੱਖਣੇ ਪੈਣਗੇ ਅਜੇਹਾਨਾ ਕਰਨ ਵਾਲਿਆਂ ਤੇ ਜੁਰਮਾਨਾ ਲਗਾਇਆ ਜਾਵੇਗਾ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਚਾਹੁੰਦੇ ਨੇ ਕਿ ਮਾਪੇ ਆਪਣੇ ਬੱਚਿਆਂ ਦੇ ਨਾਮ ਪੀਓਕੇ ਟੂ ਬੋਂਗ ਚੁੰਗ ਸੇਮ ਵਫਾਦਾਰੀ ਅਤੇ ਯੂ ਸ਼ੋਂਗ ਸੈਟਲਾਈਟ ਦਿੱਤਰਸ ਤੇ ਰੱਖਣ ਜੇਕਰ ਕੋਈ ਵਿਅਕਤੀ ਅਜੇਹਾ ਕਰਨ ਤੋਂ ਇਨਕਾਰ ਕਰਦਾ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ ਇਹ ਦੇ ਉਸ ਨੂੰ ਸਮਾਜ ਵਿਰੋਧੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਇਸ ਹੁਕਮ ਦੀ ਪਾਲਣਾ ਕਰਨ ਲਈ ਪਿਛਲੇ ਮਹੀਨੇ ਤੋਂ ਦੇਸ਼ ਪਰ ਦੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਕੋਲ ਇਸ ਸਾਲ ਦੇ ਅੰਤ ਤੱਕ ਨਾਮ ਠੀਕ ਕਰਨ ਦਾ ਸਮਾਂ ਹੈ ਲੋਕਾਂ ਨੂੰ ਕਿਹਾ ਗਿਆ ਸੀ ਕਿ ਇਨਕਲਾਬੀ ਮਾਪਦੰਡਾ ਨੂੰ ਪੂਰਾ ਕਰਨ ਲਈ ਉਹਨਾਂ ਦੇ ਨਾਮਾਂ ਵਿੱਚ ਸਿਆਸੀ ਅਰਥ ਹੋਣੇ ਚਾਹੀਦੇ ਨੇ ਹਾਲਾਂਕਿ ਕਈ ਮਾਪੇ ਇਸ ਆਦੇਸ਼ ਤੋਂ ਨਾਰਾਜ਼ ਨੇ ਅਤੇ ਉਹ ਨਾਮ ਬਦਲਣ ਤੋਂ ਝਿਜਕ ਰਹੇ ਨੇ ਲੋਕਾਂ ਨੇ ਸਵਾਲ ਉਠਾਇਆ ਕਿ ਕਿਸੇ ਵਿਅਕਤੀ ਨੂੰ ਆਪਣਾ ਨਾਂ ਰੱਖਣ ਦੀ ਆਜ਼ਾਦੀ ਕਿਵੇਂ ਨਹੀਂ ਦਿੱਤੀ ਜਾ ਸਕਦੀ ਭਾਰਤ ਨੇ ਅੱਜ ਜਦੋਂ G20 ਦੀ ਪ੍ਰਧਾਨਗੀ ਰਸਮੀ ਤੌਰ ਤੇ ਸੰਭਾਲ ਲਈ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਲਕ ਇੱਕ ਤਰਤ ਇੱਕ ਪਰਿਵਾਰ ਇੱਕ ਪਵਿੱਕ ਦੇ ਨਿਸ਼ਾਨੇ ਤਹਿਤ ਰਲ ਕੇ ਅਦੇ ਸਭ ਦੇ ਪਲੇ ਲਈ ਕੰਮ ਕਰੇਗਾ ਉਹਨਾਂ دہشتਗਰਦੀ ਵਾਤਾਵਰਨ ਤਬਦੀਲੀ ਅਤੇ ਮਹਾਂਮਾਰੀ ਨੂੰ ਵੱਡੀਆਂ ਚੁਣੌਤੀਆਂ ਘਰਾੜ ਦਿੰਦੇ ਆ ਕਿਹਾ ਕਿ ਇਹਨਾਂ ਦਾ ਟਕਰਾ ਰਲ ਕੇ ਕੀਤਾ ਜਾ ਸਕਦਾ ਹੈ ਉਨਾ ਕਿਹਾ ਕਿ ਜੀ20 ਦੀਆਂ ਤਰਜੀਹਾਂ ਨੂੰ ਨਾ ਸਿਰਫ ਪਾਈਵਾਲਾਂ ਨਾਲ ਸਗੋਂ ਆਲਮੀ ਦੱਖਣੀ ਤੋਰੇ ਦੇ ਸਾਥੀਆਂ ਨਾਲ ਵੀ ਵਿਚਾਰ ਵਟਾਦারে ਮਗਰੋਂ ਆਕਾਰ ਦਿੱਤਾ ਜਾਵੇਗਾ ਜਿਨ੍ਹਾਂ ਦੀ ਆਵਾਜ਼ ਅਣਗੌਲੀ रह ਜਾਂਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਜੀ20 এজেন্ডਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ, ਖੁਆਇਸ਼ਾਂ ਭਰਪੂਰ, ਕਾਰਵਾਈ ਅਧਾਰਿਤ ਅਤੇ ਫੈਸਲਾਕੁਨ ਹੋਵੇਗਾ। ਪ੍ਰਧਾਨ ਮੰਤਰੀ ਦਾ ਜੀ20 ਪ੍ਰਧਾਨਗੀ ਬਾਰੇ ਲੇਖ ਅੱਜ ਕਈ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ ਜਿਸ ਨੂੰ ਉਹਨਾਂ ਆਪਣੀ ਵੈੱਬਸਾਈਟ ਤੇ ਵੀ ਪੋਸਟ ਕੀਤਾ ਹੈ। ਸ਼੍ਰੀ ਮੋਦੀ ਨੇ ਲੜੀਵਾਰ ਟਵੀਟ ਕਰਦੇ ਕਿਹਾ ਕਿ ਮੁਲਕ ਸਥਾਈ ਜੀਵਨ ਜਾਚ ਉਤਸ਼ਾਹਿਤ ਕਰਨ ਪੋਜਨ ਖਾਦਾ ਅਤੇ ਮੈਡੀਕਲ ਉਤਪਾਦਾਂ ਸਮੇਤ ਹੋਰ ਵਿਸ਼ਿਆਂ ਦੀ ਆਲਮੀ ਸਪਲਾਈ ਨੂੰ ਸਿਆਸਤ ਤੋਂ ਵੱਖ ਕਰਨ ਲਈ ਕੰਮ ਕਰੇਗਾ। ਉਹਨਾਂ ਕਿਹਾ ਕਿ ਜਦੋਂ ਭਾਰਤ ਇਹ ਅਹਿਮ ਜ਼ਿੰਮੇਵਾਰੀ ਸੰਭਾਲ ਰਿਹਾ ਹੈ ਤਾਂ ਸਮੁੱਚੀ ਮਾਨਵਤਾ ਨੂੰ ਫਾਇਦਾ ਪਹੁੰਚਾਉਣ ਵਾਲੀ ਮਾਨਸਿਕਤਾ ਨੂੰ ਪ੍ਰੇਰਿਤ ਕੀਤਾ ਜਾਵੇਗਾ। एनफोर्समेंट डायरेक्टोरेट ईडी ਨੇ ਸਥਾਨਕ ਅਦਾਲਤ ਨੂੰ ਦੱਸਿਆ ਕਿ ਦਿੱਲੀ ਸ਼ਰਾਬ ਨੀਤੀ ਕੇਸ ਵਿੱਚ ਕਥਿਤ ਬੇਨਿਯਮਾਂ ਦੇ ਸਬੰਧ ਵਿੱਚ ਗ੍ਰਿਫਤਾਰ ਆਪਾਗੋ ਵਿਜੇ ਨਾਇਰ ਨੇ ਕੁਝ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਦੇ ਕੰਟਰੋਲ ਵਾਲੇ ਦੱਖਣ ਦੇ ਗਰੁੱਪ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। ईडी ਨੇ ਪ드ਵਾਰ ਨੂੰ ਅਦਾਲਤ ਵਿੱਚ ਕਿਹਾ ਕਿ ਆਪਾਗੂਆਂ ਜਿਨ੍ਹਾਂ ਚੋਂ ਕੁਝ ਸਰਕਾਰ ਦਾ ਹਿੱਸਾ ਨੇ ਉਹਨਾਂ ਨੇ ਸਰਕਾਰੀ ਖਜ਼ਾਨੇ ਦੀ ਕੀਮਤ ਦੇ ਗੈਰ ਕਾਨੂੰਨੀ ਫੰਡ ਇਕੱਠੇ ਕਰਨ ਲਈ ਸ਼ਰਾਬ ਨੀਤੀ ਨੂੰ ਹੱਥਕੰਡਾ ਬਣਾਇਆ। ईडी ਨੇ ਕਿਹਾ ਕਿ ਅਮਿਤ अरोड़ा ਨੇ ਆਪਣੇ ਬਿਆਨਾਂ ਵਿੱਚ ਖੁਲਾਸਾ ਕੀਤਾ ਕਿ ਆਪ ਆਗੂਆਂ ਤਰਫੋਂ ਵਿਜੇ ਨਾਇਰ ਨੇ 100 ਕਰੋੜ ਰੁਪਏ ਦੱਖਣ ਦੇ ਗਰੁੱਪ ਸ਼ਰਤ ਰੈਡੀ ਕੇ ਕਵਿਤਾ ਮੰਗੂਤਾ ਸ਼੍ਰੀ ਨਿਵਾਸੂਲੂ ਰੈਡੀ ਤੋਂ ਰਿਸ਼ਵਤ ਵੱਜੋਂ ਲਏ ਸਨ ਅਧਿਕਾਰੀਆਂ ਮੁਤਾਬਕ ਕਵਿਤਾ ਤੇਲੰਗਾਨਾ ਦੇ ਮੁੱਖ ਮੰਤਰੀ ਕੇਸ਼ ਅੰਦਰਸ਼ੇਕਰ राव ਦੀ ਧੀ ਹੈ ਏਜੰਸੀ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੁਸ਼ੋਧਿਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਪੀਏ ਸਮੇਤ ਬੈਂਤੀ ਮਲਾਜ਼ਮਾ ਨੇ ਕਥਿਤ ਕੁਟਾਲੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ 'ਚ ਸਬੂਤ ਛਿਪਾਉਣ ਲਈ 170 ਫੋਨ ਵਰਤੇ ਜਾਂ ਉਹਨਾਂ ਨੂੰ ਨਸ਼ਟ ਕਰ ਦਿੱਤਾ। ਉਹਨਾਂ ਅਦਾਲਤ ਵਿੱਚ ਦੱਸਿਆ ਕਿ ED 170 ਤੋਂ 17 ਫੋਨ ਰਿਕਵਰ ਕਰਨ ਵਿੱਚ ਕਾਮਯਾਬ ਰਹੀ ਹੈ। ED ਨੇ ਰਿਮਾਂਡ ਨੋਟ ਵਿੱਚ ਰਿਪੋਰਟ ਨੱਥੀ ਕਰਦਿਆਂ ਕਿਹਾ ਕਿ ਸਸੋਧੀਆਂ ਨੇ 4 ਵੱਖ-ਵੱਖਰੇ ਮੋਬਾਈਲ ਨੰਬਰ ਵਰਤੇ ਨੇ ਅਤੇ 6 ਜੂਨ ਤੋਂ 14 ਅਕਤੂਬਰ ਦਰਮਿਆਨ I M E I 14 ਵਾਰ ਬਦਲੇ। ਈਡੀ ਨੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੇ ਸੈੱਲ ਫੋਨ ਦਾ ਜ਼ਿਕਰ ਕਰਦਿਆਂ ਦਾਵਾ ਕੀਤਾ ਕਿ ਉਸ ਕੋਲ ਇੱਕ ਹੀ ਸਿਮ ਨੰਬਰ ਸੀ ਪਰ ਉਸ ਨੇ ਤਿੰਨ ਵਾਰ IMEI ਬਦਲੇ ਏਜੰਸੀ ਨੇ ਇਹ ਵੀ ਕਿਹਾ ਕਿ ਕਵਿਤਾ ਨੇ ਦੋ ਸਿਮ ਵਰਤੇ ਅਤੇ IMEI 10 ਵਾਰ ਬਦਲੇ ਸੰਗੀ ਜਾਂਚ ਏਜੰਸੀ ਨੇ ਇਹ ਵੀ ਦਾਵਾ ਕੀਤਾ ਕਿ ਦਿੱਲੀ ਸਰਕਾਰ ਨੂੰ 12% ਜਾਂ 581 ਕਰੋੜ ਰੁਪਏ ਦੇ ਮਾਲੀਆ ਦਾ ਨੁਕਸਾਨ ਹੋਇਆ ਤਾਂ ਜੋ ਆਪ ਆਗੂਆਂ ਦੇ ਨਿੱਜੀ ਖਜ਼ਾਨੇ ਪਰੇ ਜਾ ਸਕਣ ਉਨਾ ਮੁਤਾਬਕ ਨੀਤੀ ਵਿੱਚ ਕਥਿਤ ਬੇਨੀ ਮਿਆਕਰਨ ਕੁੱਲ 2873 ਕਰੋੜ ਰੁਪਏ مالی ਦਾ ਨੁਕਸਾਨ ਹੋਇਆ। ਈਡੀ ਨੇ ਕਿਹਾ ਕਿ ਨਾਇਰ ਆਪ ਦਾ ਕੋਈ ਸਧਾਰਨ ਅਧਿਕਾਰ ਨਹੀਂ ਹੈ ਅਤੇ ਉਹ ਕੇਜਰੀ ਵਾਲਦਾ ਨੇੜਲਾ ਸਹਾਇਕ ਹੈ। ਨਾਇਰ ਨੇ ਈਡੀ ਕੋਲ ਦਰਜ ਕਰਵਾਈ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਕੇਜਰੀ ਵਾਲਦੇ ਦਫ਼ਤਰ ਤੱਕ ਕੰਮ ਕਰਦਾ ਸੀ ਅਤੇ ਗਹਿਲੋਤ ਨੂੰ ਅਲੋਟ ਸਰਕਾਰੀ ਬੰਗਲੇ ਵਿੱਚ ਰਹਿੰਦਾ ਸੀ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ 19 ਜ਼ਿਲ੍ਹਿਆਂ ਦੀਆਂ 89 ਸੀਟਾਂ ਲਈ VOTING ਦਾ ਕੰਮ ਅੱਜ ਅਮਨ ਅਵਾਨ ਨਾਲ ਨਿਪਟੇ ਚੜ ਗਿਆ। ਪਹਿਲੇ ਗੇੜ ਵਿੱਚ ਔਸਤਨ 60.23% VOTING ਦਰਜ ਕੀਤੀ ਗਈ। ਇਹ ਜਾਣਕਾਰੀ ਚੋਣ ਅਧਿਕਾਰੀਆਂ ਨੇ ਦਿੱਤੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 64.75% VOTING ਹੋਈ ਸੀ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਕਰਕੇ ਸ਼ਾਮ 5 ਵਜੇ ਮੁਕੰਮਲ ਹੋਇਆ। ਉਨ੍ਹਾਂ ਕਿਹਾ ਕਿ VOTING ਦੀ ਕੁੱਲ ਪ੍ਰਤੀਸ਼ਤਤਾ ਬਾਰੇ ਆਖਰੀ ਅੰਕੜੇ ਅਜੇ ਹਾਸਲ ਨਹੀਂ ਹੋਏ ਕਿਉਂਕਿ ਕਈ ਥਾਵਾਂ 'ਤੇ VOTER ਸ਼ਾਮ 5 ਵਜੇ ਤੋਂ ਬਾਅਦ ਵੀ ਕਤਾਰਾਂ ਵਿੱਚ ਖੜੇ ਹੋਏ ਸਨ ਅਤੇ ਅਜੇ ਬੈਲਟ ਪੋਸਟਲ ਦੀ ਗਿਣਤੀ ਹੋਣੀ ਬਾਕੀ ਹੈ। ਪਹਿਲੇ ਗੇਟ ਤਹਿਤ ਪਈਆਂ VOTES ਲਈ 788 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਗੋਕਟਨਾਵਾਂ ਨੂੰ ਛੱਡ ਕੇ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਥਾਵਾਂ ਤੇ EVMs ਤੇ VP ਪੈਟ ਮਸ਼ੀਨਾਂ ਵਿੱਚ ਖਰਾਬੀ ਆਈ ਪਰ ਉਹਨਾਂ ਨੂੰ ਤੁਰੰਤ ਬਦਲ ਕੇ VOTING ਦਾ ਕੰਮ ਸ਼ੁਰੂ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਹੁਣ ਤੱਕ ਹਾਸਲ ਹੋਏ ਅੰਕੜਿਆਂ ਅਨੁਸਾਰ ਨਰਮਦਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 73.02 ਫੀਸਦੀ ਵੋਟਾਂ ਪਈਆਂ ਨੇ ਜਦਕਿ ਤਾਪੀ ਜ਼ਿਲ੍ਹਾ ਵਿੱਚ 72.32 ਫੀਸਦੀ VOTING ਨਾਲ ਦੂਜੇ ਸਥਾਨ ਤੇ ਹੈ ਇਹ ਦੋਵੇਂ ਕਬਾਇਲੀ ਆਬਾਦੀ ਵਾਲੇ ਜ਼ਿਲ੍ਹੇ ਨੇ ਦੱਖਣ ਗੁਜਰਾਤ ਦੇ ਇੱਕ ਹੋਰ ਕਬਾਇਲੀ ਆਬਾਦੀ ਵਾਲੇ ਜ਼ਿਲ੍ਹੇ ਵਿੱਚ ਡਾਂਗ ਵਿੱਚ 58.5% VOTING ਦਰਜ ਕੀਤੀ ਗਈ गुजरात ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਪਾਜਪਾਦੀ ਸੁਭਾਈ ਇਕਾਈ ਦੇ ਮੁਖੀ ਸੀ ਆਰ ਪਾਟੇਲ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਜਾਮਨਗਰ ਉਤਰੀ ਤੋਂ ਪੰਜਵਾਂ ਉਮੀਦਵਾਰ ਰਿਯਾਬਾ ਜੜੇਜਾ ਕਾਂਗਰਸ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਪਰੇਸ਼ ਤਨਾਨੀ ਤੇ ਆਮ ਆਦਮੀ ਪਾਰਟੀ ਦੀ ਸੁਭਾਈ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੇ ਵੋਟ ਪਾਈ ਗੁਜਰਾਤ ਵਿਧਾਨ ਸਭਾ ਲਈ VOTING ਦਾ ਦੂਜਾ ਤੇ ਆਖਰੀ ਗੇੜ 5 ਦਸੰਬਰ ਨੂੰ ਹੋਵੇਗਾ ਤੇ ਚੋਣ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ 8ਵੇਂ ਦਿਨ ਤੇਜ਼ੀ ਦਾ ਦੌਰ جاری ਰਿਹਾ ਮਜ਼ਬੂਤ ਆਲਮੀ ਮਾਰਕੀਟ ਰੁਝਾਨਾਂ ਦੇ ਦਰਮਿਆਨ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਰਾਂ ਵਾਲਾ ਸੈਂਸੈਕਸ 184.54 ਨੁਕਤਿਆਂ ਦੇ ਉਛਾਲ ਨਾਲ 63284.19 ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਉਂਝ ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ 3583.07 ਦੇ ਪੱਧਰ ਤੇ ਵਿਕ ਗਿਆ ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 54.15 ਨੁਕਤਿਆਂ ਦੇ ਵਾਧੇ ਨਾਲ 18812.50 ਦੇ ਅੰਕੜੇ ਨਾਲ ਨਵੀਂ ਰਿਕਾਰਡ ਉਚਾਈ ਨੂੰ ਛੋਇਆ ਐਲਟਰਾ ਬੈਂਕ, ਟਾਟਾ ਸਟੀਲ, ਟਾਟਾ ਕੰਸਲਟੈਂਸੀ ਸਰਵਿਸੈਸ, ਟੈਂਕ ਮਹਿੰਦਰਾ, ਵਿਪਰੋ, ਇਨਫੋਸਿਸ, ਐਚसीएल ਟੈਕਨੋਲੋਜੀ ਅਤੇ ਲਾਰਸਨ ਐਂਡ ਟੂਬ੍ਰੋ ਦੇ ਸ਼ੇਅਰਾਂ ਨੇ ਚੰਗਾ ਮੁਨਾਫਾ ਖੱਟਿਆ। ਕੇਂਦਰ ਸਰਕਾਰ ਹੁਣ ਆਧਾਰ ਕਾਰਡ ਦੀ ਹੀ ਤਰ੍ਹਾਂ ਜਨਮ ਸਰਟੀਫਿਕੇਟ ਨੂੰ ਲਗਭਗ ਹਰ ਖੇਤਰ ਲਈ لازਮੀ ਦਸਤਾਵੇਜ਼ ਬਣਾਉਣ ਦਾ ਪ੍ਰਸਤਾਵ ਪਾਸ ਕਰ ਸਕਦੀ ਹੈ। ਵਿੱਦਿਅਕ ਅਦਾਰਿਆਂ ਵਿੱਚ ਦਾਖਲਾ ਵੋਟਰ ਸੂਚੀ ਵਿੱਚ ਸ਼ਾਮਲ ਹੋਣਾ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੌਕਰੀਆਂ ਵਿੱਚ ਨਿਯੁਕਤੀ ਡਰਾਈਵਿੰਗ ਲਾਇਸੈਂਸ ਤੇ ਪਾਸਪੋਰਟ ਬਣਾਉਣ ਵਰਗੇ ਮਹੱਤਵਪੂਰਨ ਕੰਮਾਂ ਲਈ ਹੁਣ ਜਨਮ ਸਰਟੀਫਿਕੇਟ ਨੂੰ ਲਾਜ਼ਮੀ ਦਸਤਾਵੇਜ਼ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਇੱਕ ਡਰਾਫਟ ਬਿਲ ਅਨੁਸਾਰ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਆਰਬੀਡੀ ਐਕਟ 1969 ਵਿੱਚ ਸੋਧ ਕੀਤੀ ਜਾ ਸਕਦੀ ਹੈ ਸਟੋਰ ਕੀਤੇ ਗਏ ਡਾਟਾ ਨੂੰ ਕੇਂਦਰੀ ਰੂਪ ਵਿੱਚ ਕਿਸੇ ਮਨੁੱਖੀ ਇੰਟਰਫੇਸ ਦੀ ਲੋੜ ਤੋਂ ਬਿਨਾ ਰੀਅਲ ਟਾਈਮ ਵਿੱਚ ਅਪਡੇਟ ਕੀਤਾ ਜਾਵੇਗਾ ਇਸ ਵਿੱਚ ਜਦੋਂ ਕੋਈ ਵਿਅਕਤੀ 18 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਵੋਟਰ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ ਅਤੇ ਮੌਤ ਤੋਂ ਬਾਅਦ ਉਸ ਨੂੰ ਹਟਾ ਦਿੱਤਾ ਜਾਂਦਾ ਹੈ ਤਜਵੀਜ਼ ਸ਼ੁਦਾ ਤਬਦੀਲੀਆਂ ਦੇ ਮੁਤਾਬਕ ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਲਈ ਇਹ ਲਾਜ਼ਮੀ ਕੀਤਾ ਜਾਵੇਗਾ ਕਿ ਉਹ ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਸਥਾਨਕ ਰਜਿਸਟਰਾਰ ਨੂੰ ਮੌਤ ਦਾ ਕਾਰਨ ਦੇਣ ਵਾਲੇ ਸਾਰੇ ਮੌਤ ਸਰਟੀਫਿਕੇਟਾਂ ਦੀ ਇੱਕ ਕਾਪੀ ਜ਼ਰੂਰ ਮੁਹੱਈਆ ਕਰਵਾਉਣ ਹਾਲਾਂਕਿ ਆਰਬੀਡੀ ਐਕਟ 1969 ਤਹਿਤ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਪਹਿਲਾਂ ਹੀ ਲਾਜ਼ਮੀ ਹੈ ਅਤੇ ਇਸ ਦੀ ਉਲੰਘਣਾ ਕਰਨਾ ਅਪਰਾਧ ਮੰਨਿਆ ਜਾਂਦਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਸਤਾਵਿਤ ਆਰਬੀਡੀ ਐਕਟ 1969 ਵਿੱਚ ਸੋਧ ਕਰਨ ਵਾਲੇ ਬਿੱਲ ਵਿੱਚ ਕਿਹਾ ਗਿਆ ਹੈ ਕਿ ਕਿਸੇ ਵਿਅਕਤੀ ਦੀ ਜਨਮ ਮਿਤੀ ਅਤੇ ਸਥਾਨ ਨੂੰ ਸਾਬਿਤ ਕਰਨ ਲਈ ਸਥਾਨਕ ਰਜਿਸਟਰਾਰ ਵੱਲੋਂ ਜਾਰੀ ਕੀਤੇ ਜਨਮ ਸਰਟੀਫਿਕੇਟ ਦੀ ਵਰਤੋਂ ਕੀਤੀ ਜਾਵੇਗੀ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਇਹ ਬਿੱਲ 7 ਦਸੰਬਰ ਤੋਂ ਸ਼ੁਰੂ ਹੋ ਰਹੀ ਸੰਸਦ ਦੇ ਸਰਦ ਰੁੱਤ اجلاس ਦੌਰਾਨ ਪੇਸ਼ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੂਤਰਾਂ ਮੁਤਾਬਕ ਆਉਣ ਵਾਲੇ ਸੈਸ਼ਨ ਦੀਆਂ 17 ਬੈਠਕਾਂ ਹੋਣ ਕਾਰਨ ਬਿੱਲ ਤੇ ਚਰਚਾ ਅਗਲੇ اجلاس ਦੇ ਵਿੱਚ ਕੀਤੀ ਜਾ ਸਕਦੀ ਹੈ। ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਵਿਆਹ ਸੰਬੰਧੀ ਵਿਵਾਦਾਂ ਤੇ ਜ਼ਮਾਨਤ ਨਾਲ ਸੰਬੰਧਿਤ ਕੇਸਾਂ ਵਿੱਚ ਤਬਦੀਲ ਟਰਾਂਸਫਰ ਕੀਤੀਆਂ ਪਟੀਸ਼ਨਾਂ ਤੇ ਸੁਣਵਾਈ ਲਈ ਆਜ ਜਸਟਿਸ ਹੀਮਾ ਕੋਹਲੀ ਤੇ ਜਸਟਿਸ ਬੀਲਾ ਐਮ ત્રिवेदी ਦੇ ਆਧਾਰਿਤ ਮੁਕੰਮਲ ਮਹਿਲਾ ਜੱਜਾਂ ਦਾ ਬੈਂਚ ਕਾਇਮ ਕੀਤਾ। ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਤੀਜਾ ਮੌਕਾ ਹੈ ਜਦੋਂ ਮੁਕੰਮਲ ਮਹਿਲਾ ਜੱਜਾਂ ਦਾ ਬੈਂਚ ਕਾਇਮ ਕੀਤਾ ਗਿਆ ਦੋ ਜੱਜਾਂ ਵਾਲਾ ਬੈਂਚ ਫਿਲਹਾਲ ਸੁਪਰੀਮ ਕੋਰਟ ਦੀ ਅਦਾਲਤ ਨੰਬਰ 11 ਵਿੱਚ ਬੈਠ ਰਿਹਾ ਹੈ ਬੈਂਚ ਦੇ ਸਾਹਮਣੇ 32 ਮਾਮਲੇ ਸੂਚੀਬੱਧ ਕੀਤੇ ਗਏ ਨੇ ਜਿਨ੍ਹਾਂ ਵਿੱਚ ਵਿਹਾ ਸੰਬੰਧੀ ਵਿਵਾਦਾਂ ਤੇ ਜ਼ਮਾਨਤ ਵਾਲੀਆਂ 10-10 ਟਰਾਂਸਫਰ ਕੀਤੀਆਂ ਪਟੀਸ਼ਨਾਂ ਨੇ ਸਭ ਤੋਂ ਪਹਿਲਾ ਮੁਕੰਮਲ ਮਹਿਲਾ ਬੈਂਚ 2013 ਵਿੱਚ ਕਾਇਮ ਕੀਤਾ ਗਿਆ ਸੀ ਤੇ ਇਹ ਬੈਂਚ ਜਸਟਿਸ ਗਿਆਨ ਸ਼ੁਦਾ ਮਿਸ਼ਰਾ ਤੇ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਤੇ ਆਧਾਰਿਤ ਸੀ ਇਸ ਤੋਂ ਬਾਅਦ 2018 ਵਿੱਚ ਜਸਟਿਸ ਆਰ ਬਾਨੂ ਮਤੇ ਤੇ ਜਸਟਿਸ ਇੰਦਰਾ ਬਨਰਜੀ ਤੇ ਆਧਾਰਿਤ ਮੁਕੰਮਲ ਮਹਿਲਾ ਬੈਂਚ ਕਾਇਮ ਕੀਤਾ ਗਿਆ ਸੁਪਰੀਮ ਕੋਰਟ ਵਿੱਚ ਇਸ ਸਮੇਂ ਤਿੰਨ ਮਹਿਲਾ ਜੱਜ ਜਸਟਿਸ ਕੋਹਲੀ ਜਸਟਿਸ ਬੀਵੀ ਨਗਰਤਨਨ ਤੇ ਜਸਟਿਸ ਥ੍ਰਿਵੇਦੀ ਨੇ ਜਸਟਿਸ ਨਗਰਤਨਨ 2027 ਵਿੱਚ ਦੇਸ਼ ਦੇ ਪਹਿਲੇ ਮਹਿਲਾ ਚੀਫ ਜਸਟਿਸ ਹੋਣਗੇ 1 ਦਸੰਬਰ ਤੋਂ ਰੀਟੇਲ ਡਿਜੀਟਲ ਰੁਪਏ ਦੇ ਪਾਇਲਟ ਦਾ ਸਫਲਤਾਪੂਰਵਕ ਲਾਂਚ ਕੀਤਾ ਗਿਆ ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲੇ ਹੀ ਦਿਨ 1.17 ਕਰੋੜ ਰੁਪਏ ਜਾਰੀ ਕੀਤੇ ਇਹਨਾਂ ਡਿਜੀਟਲ ਰੁਪਏ ਦੀ ਮੰਗ ਪਾਇਲਟ ਪ੍ਰੋਜੈਕਟ ਵਿੱਚ ਸ਼ਾਮਲ ਚਾਰ ਬੈਂਕਾਂ ਨੇ ਚੁਣੇ ਗਏ ਸ਼ਹਿਰਾਂ ਨਾਲ ਕੀਤੀ ਇਸ ਨਾਲ ਸਬੰਧਤ ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੈਂਕਾਂ ਵੱਲ ਵਧਦੀਆਂ ਜ਼ਰੂਰਤਾਂ ਦੇ ਹਿਸਾਬ ਰਿਜ਼ਰਵ ਬੈਂਕ ਤੇ ਡਿਜੀਟਲ ਰੁਪਏ ਜਾਰੀ ਕਰੇਗਾ ਪਹਿਲੇ ਪੜਾਅ ਵਿੱਚ ਡਿਜੀਟਲ ਰੁਪਏ ਨੂੰ ਦਿੱਲੀ, ਮੁੰਬਈ, ਬੈਂਗਲੌਰ ਤੇ ਭਵਨੇਸ਼ਵਰ ਵਿੱਚ ਲਾਂਚ ਕੀਤਾ ਗਿਆ ਇਨਾਂ ਸ਼ਹਿਰਾਂ ਵਿੱਚ ਚਾਰ ਬੈਂਕਾਂ ਦੇ ਜ਼ਰੀਏ ਡਿਜੀਟਲ ਕਰੰਸੀ ਉਪਲਬਧ ਕਰਵਾਈ ਜਾ ਰਹੀ ਹੈ ਪਹਿਲੇ ਪੜਾਵੇ ਸ਼ੁਰੂਆਤ ਦੇਸ਼ ਪਰਦੇ ਚਾਰ ਸ਼ਹਿਰਾਂ ਵਿੱਚ ਸਟੇਟ ਬੈਂਕ ਆਫ ਇੰਡੀਆ ICICI ਬੈਂਕ US ਬੈਂਕ ਤੇ IDFC ਫਰਸਟ ਬੈਂਕ ਦੇ ਮਾਧਿਅਮ ਨਾਲ ਹੋਈ ਹੈ ਇਸ ਦੇ ਬਾਅਦ ਬੈਂਕ ਆਫ ਬੜੋਦਾ ਯੂਨੀਅਨ ਬੈਂਕ ਆਫ ਇੰਡੀਆ HDFC ਬੈਂਕ ਤੇ ਕੋਟਕ ਕਮਿੰਦਰਾ ਬੈਂਕ ਨੂੰ ਇਸ ਪਾਇਲਟ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਜਾਵੇਗਾ ਪਾਇਲਟ ਦੂਜੇ ਪੜਾਵੇ ਵਿੱਚ ਅਹਿਮਦਾਬਾਦ ਗੰਗਟੋਕ ਗੁਹਾਟੀ ਹైదరాబాద్ ਇੰਦੌਰ ਕੋਚੀ ਲਖਨਊ ਪਟਨਾ ਤੇ ਸ਼ਿਮਲਾ ਤੱਕ ਡਿਜੀਟਲ ਰੁਪਏ ਦੇ ਵਿਸਤਾਰ ਦੀ ਯੋਜਨਾ ਹੈ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤਾ ਗਿਆ ਈ ਰੁਪਈਆ ਇੱਕ ਡਿਜੀਟਲ ਟੋਕਨ ਵਜੋਂ ਕੰਮ ਕਰੇਗਾ ਦੂਜੇ ਸ਼ਬਦਾਂ ਵਿੱਚ CBDC RBI ਦੁਆਰਾ ਜਾਰੀ ਕਰੰਸੀ ਨੋਟਾਂ ਦਾ ਡਿਜੀਟਲ ਰੂਪ ਹੈ ਡਿਜੀਟਲ ਰੁਪਏ ਦਾ ਲੈਣ ਦੇਣ ਵਿਅਕਤੀ ਤੋਂ ਵਿਅਕਤੀ P2P ਯਾਨੀ ਕਿ ਪਰਸਨ ਟੂ ਪਰਸਨ ਅਤੇ ਵਿਅਕਤੀ ਤੋਂ ਵਪਾਰੀ ਯਾਨੀ P2M P2M ਦੋ ਮਾਤਰਾ ਕੀਤਾ ਜਾ ਸਕਦਾ ਹੈ ਨਾਲ ਹੀ ਜੇਕਰ ਤੁਹਾਨੂੰ ਵਪਾਰੀ ਨੂੰ ਭੁਗਤਾਨ ਕਰਨਾ ਪੈਂਦਾ ਤਾਂ ਇਸ ਲਈ ਤੁਹਾਨੂੰ ਇਸ ਦੇ ਨੇੜੇ QR ਕੋਡ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਦੇ ਹੋ ਬੈਂਕਾਂ ਦੇ ਈ ਵਾਲਟ ਰਾਹੀਂ ਡਿਜੀਟਲ ਰੁਪਏ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ ਰਿਜ਼ਰਵ ਬੈਂਕ ਦੇ ਇਸ ਕਦਮ ਨੂੰ ਭਾਰਤ ਦੀ ਅਰਥਵਿਵਸਥਾ ਨੂੰ ਡਿਜੀਟਲ ਰੂਪ ਵਿੱਚ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇਸ ਦੀ ਕੀਮਤ ਕਾਗਜ਼ੀ ਨੋਟਾਂ ਦੇ ਬਰਾਬਰ ਹੈ ਤੁਸੀਂ ਚਾਹੋ ਤਾਂ ਕਾਗਜ਼ ਦੇ ਨੋਟ ਵੀ ਦੇ ਕੇ ਪ੍ਰਾਪਤ ਕਰ ਸਕਦੇ ਹੋ ਰਿਜ਼ਰਵ ਬੈਂਕ ਨੇ ਡਿਜੀਟਲ ਮੁਦਰਾ ਨੂੰ ਦੋ ਸ਼੍ਰੇਣੀਆਂ ਸੀਬੀਡੀਸੀ ਡਬਲਯੂ ਅਤੇ ਸੀਬੀਡੀਸੀਆਰ ਵਿੱਚ ਵੰਡਿਆ ਹੈ ਸੀਬੀਡੀਸੀ ਡਬਲਯੂ ਦਾ ਅਰਥ ਹੈ ਥੋਕ ਮੁਦਰਾ ਅਤੇ CBDCR ਦਾ ਅਰਥ ਰਿਟੇਲ ਮੁਦਰਾ ਇਸ ਤੋਂ ਪਹਿਲਾਂ 1 ਨਵੰਬਰ ਨੂੰ ਕੇਂਦਰੀ ਬੈਂਕ ਨੇ ਥੋਕ ਲੈਣ ਦੇਣ ਲਈ ਡਿਜੀਟਲ ਰੁਪਈਆ ਲਾਂਚ ਕੀਤਾ ਸੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਬੀਤੇ ਦਿਨ ਪੰਜਾਬ ਰਾਜ ਭਵਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਾਜਪਾਲ ਨੇ ਕਿਹਾ ਕਿ ਬਾਰਡਰ ਤੇ ਪਾਕਿਸਤਾਨ ਵੱਲੋਂ ਹੋ ਰਹੀਆਂ ਗਤੀਵਿਧੀਆਂ ਕਾਫੀ ਚਿੰਤਾ ਦਾ ਵਿਸ਼ਾ ਨੇ ਸਰਹੱਦ ਪਾਰੋਂ ਅਸਲਾ ਨਸ਼ੇ ਦੀ ਖੇਪ ਤੇ ਡਰੋਨ ਲਗਾਤਾਰ ਆ ਰਹੇ ਨੇ ਜਿਸ ਤੇ ਅਲਰਟ ਰਹਿਣ ਦੀ ਲੋੜ ਹੈ ਰਾਜਪਾਲ ਨੇ ਕਿਹਾ ਕਿ ਉਹ ਖੁਦ ਪੀਐਸਐਫ ਫੌਜ ਤੇ ਪੁਲਿਸ ਦੇ ਨਾਲ ਸਰਹੱਦੀ ਇਲਾਕਿਆਂ ਵਿੱਚ ਗਏ ਸਨ ਉਥੇ ਪੁਲਿਸ ਥਾਣਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਪ੍ਰੋਹਿਤ ਨੇ ਕਿਹਾ ਕਿ ਉਹਨਾਂ ਨੇ ਸਰਹੱਦ ਦੇ ਲਾਲ ਲੱਗਦੇ ਸਾਰੇ ਜ਼ਿਲ੍ਹਿਆਂ ਤੇ ਧਿਆਨ ਕੇਂਦਰਿਤ ਕੀਤਾ ਹੋਇਆ ਤੇ ਜਲਦੀ ਹੀ ਉਹ ਸਰਹੱਦੀ ਇਲਾਕਿਆਂ ਦਾ ਦੌਰਾ ਵੀ ਕਰਨਗੇ ਰਾਜਪਾਲ ਨੇ ਇਹ ਵੀ ਕਿਹਾ ਕਿ ਉਹ ਕੁਝ ਮੁੱਦਿਆਂ ਤੇ ਜਨਤਕ ਤੌਰ ਤੇ ਨਹੀਂ ਬੋਲ ਸਕਦੇ ਪੰਜਾਬ ਵਿੱਚ ਵੱਖਵਾਦੀਆਂ ਦੀ ਸੁਗ ਬਗਹਾ ਹਟੇ ਉਹਨਾਂ ਕਿਹਾ ਕਿ ਉਹ ਲਗਾਤਾਰ ਸਰਕਾਰ ਦੇ ਸੰਪਰਕ ਵਿੱਚ ਨੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਕਿਹਾ ਕਿ ਹਰਿਆਣਾ ਵੱਲੋਂ ਚੰਡੀਗੜ੍ਹ ਵਿੱਚ ਨਵੀਂ ਵਿਧਾਨ ਸਭਾ ਲਈ ਜ਼ਮੀਨ ਅਲਾਟ ਕਰਨ ਸਬੰਧੀ ਸੂਬਾ ਸਰਕਾਰ ਨੇ ਪੱਤਰ ਭੇਜਿਆ ਪਰ ਅਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਇਹਨਾਂ ਕਿਹਾ ਕਿ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਇੱਕ ਤਰਫਾ ਫੈਸਲਾ ਨਹੀਂ ਹੋਵੇਗਾ ਪੰਜਾਬ ਤੇ ਹਰਿਆਣਾ ਸਰਕਾਰ ਦੇ ਨਾਲ ਗੱਲਬਾਤ ਤੋਬਾ ਦੀ ਇਸ ਤੇ ਫੈਸਲਾ ਲਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਭਾਜਪਾ ਦੇ ਲਗਾਤਾਰ 27 ਸਾਲਾਂ ਤੋਂ ਸੱਤਾ ਵਿੱਚ ਰਹਿਣ ਕਾਰਨ ਸਰਕਾਰ ਵਿਰੋਧੀ ਲਹਿਰ ਤੇਜ਼ ਹੋ ਗਈ ਹੈ ਅਤੇ ਲੋਕਾਂ ਵਿੱਚ ਰੋਸ ਵੇਖਿਆ ਜਾ ਰਿਹਾ ਹੈ। ਗੁਜਰਾਤ ਵਿੱਚ ਰੋਡ ਸ਼ੋਅ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਗੁਜਰਾਤ ਇਤਿਹਾਸ ਰਚਣ ਜਾ ਰਿਹਾ ਹੈ। ਜਨਤਾ ਵਿੱਚ ਤਬਦੀਲੀ ਨੂੰ ਲੈ ਕੇ ਉਤਸ਼ਾਹ ਅਤੇ ਉਮੰਗ ਦੀ ਭਾਵਨਾ ਦੇਖੀ ਜਾ ਰਹੀ ਹੈ ਉਹਨਾਂ ਕਿਹਾ ਕਿ ਹਰ ਘਰ ਵਿੱਚ ਔਰਤ ਰਸੋਈ ਚਲਾਉਣਾ ਚਾਹੁੰਦੀ ਹੈ ਜੋ ਮਹਿੰਗਾਈ ਵੱਧਦੀ ਹੈ ਤਾਂ ਇਸ ਦਾ ਸਿੱਧਾ ਅਸਰ ਔਰਤਾਂ ਤੇ ਪੈਂਦਾ ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਔਰਤਾਂ ਤੇ ਆਰਥਿਕ ਬੋਝ ਵੱਧ ਜਾਂਦਾ ਹੈ ਭਗਵੰਤ ਮਾਨ ਨੇ ਕਿਹਾ ਕਿ ਦਰਖਤ ਵੀ ਹਰ ਸਾਲ ਆਪਣੇ ਪੱਤੇ ਬਦਲ ਲੈਂਦੇ ਨੇ ਹੁਣ ਗੁਜਰਾਤ ਵਾਸੀਆਂ ਨੂੰ ਵੀ ਭਾਜਪਾ ਦਾ ਪੱਲਾ ਛੱਡ ਦੇਣਾ ਚਾਹੀਦਾ ਹੈ ਜਨਤਾ ਅੰਦਰ ਗੁੱਸਾ ਹੈ ਜਿਸ ਦਾ ਪਤਾ ਆਮ ਆਦਮੀ ਪਾਰਟੀ ਵੱਲੋਂ ਕੱਢੇ ਗਏ ਰੋਡ ਸ਼ੋਅ ਤੋਂ ਲੱਗਦਾ ਹੈ ਉਹਨਾਂ ਕਿਹਾ ਕਿ ਭਾਵੇਂ ਚੋਣ ਸਰਵੇਖਣ ਆਮ ਆਦਮੀ ਪਾਰਟੀ ਖਿਲਾਫ ਜਾ ਰਹੇ ਨੇ ਪਰ ਸਾਡੀ ਪਾਰਟੀ ਸਰਵੇਖਣਾਂ ਤੇ ਵਿਸ਼ਵਾਸ ਨਹੀਂ ਕਰਦੀ ਸਗੋਂ ਅਸੀਂ ਸਿੱਧੇ ਤੌਰ ਤੇ ਸੱਤਾ ਵਿੱਚ ਆਉਣੇ ਆਂ ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਬਾਦਲਾ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਦੇ ਦੀ ਹਾਰਦੀਪ ਭਵਿੱਖਬਾਣੀ ਵੀ ਕੀਤੀ ਸੀ ਅਸੀਂ ਇਹ ਭਵਿੱਖਬਾਣੀ ਟੇਬਲਾਂ ਤੇ ਬੈਠ ਕੇ ਨਹੀਂ ਕਰਦੇ ਸਗੋਂ ਰੋਡ ਸ਼ੋਅ ਅਤੇ ਰੈਲੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਪੁੱਛਦੇ ਹਾਂ ਕਿ ਉਹ ਕਿਸ ਨੂੰ ਵੋਟ ਪਾਉਣਗੇ ਇਸ ਦੇ ਆਧਾਰ ਤੇ ਅਸੀਂ ਆਪਣੇ ਸਰਵੇਖਣ ਦੇ ਨਤੀਜੇ ਕੱਢਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਮੁਫਤ ਬਿਜਲੀ ਮੁਫਤ ਦਵਾਈਆਂ ਅਤੇ ਮੁਫਤ ਸਿੱਖਿਆ ਦੇਣ ਦੀ ਜੋ ਗਰੰਟੀ ਦਿੱਤੀ ਜਾਂਦੀ ਹੈ ਉਸ ਦੇ ਲਈ ਅਸੀਂ ਪਹਿਲਾਂ ਸਬੰਧਤ ਸੂਬੇ ਦਾ ਪੂਰਾ ਆਰਥਿਕ ਵਿਸ਼ਲੇਸ਼ਣ ਕੀਤਾ ਹੋਇਆ ਹੁੰਦਾ ਹੈ ਅਸੀਂ ਸਰਕਾਰੀ ਖਜ਼ਾਨੇ ਤੇ ਬੋਝ ਨਹੀਂ ਪਾਉਂਦੇ ਸਗੋਂ ਭ੍ਰਿਸ਼ਟਾਚਾਰ ਤੇ ਰੋਕ ਲਗਾ ਕੇ ਉਸ ਤੋਂ بچਣ ਵਾਲਾ ਪੈਸਾ ਮੁਫਤ ਬਿਜਲੀ ਸਿੱਖਿਆ ਅਤੇ ਦਵਾਈਆਂ ਤੇ ਖਰਚ ਕਰਦੇ ਆ ਇਸ ਮੌਕੇ ਹਾਜ਼ਰ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਕਿਹਾ ਕਿ ਪਾਚਪਾ ਜੋ ਨਫਰਤ ਦੀ ਸਿਆਸਤ ਕਰ ਰਹੀ ਹੈ ਉਸ ਵਿੱਚ ਅਸੀਂ ਵਿਸ਼ਵਾਸ ਨਹੀਂ ਰੱਖਦੇ ਅਸੀਂ ਹਮੇਸ਼ਾ ਵਿਕਾਸ ਅਤੇ ਲੋਕ ਭਲਾਈ ਦੀ ਗੱਲ ਕਰਦੇ ਆ ਗੁਜਰਾਤ ਦੇ ਨੌਜਵਾਨਾਂ ਨੇ ਇਸ ਵਾਰ ਤਬਦੀਲੀ ਲਿਆਉਣ ਲਈ ਵੋਟ ਪਾਉਣੀ ਹੈ ਉਹਨਾਂ ਕਿਹਾ ਕਿ ਜੇ ਕੋਈ ਨੌਜਵਾਨ 27 ਸਾਲ ਤੱਕ ਇੱਕੋ ਰੰਗ ਦੀ ਕਮੀਜ਼ ਪਾਉਂਦਾ ਤਾਂ ਉਹ ਬੋਰ ਹੋ ਜਾਂਦਾ ਹੈ ਇਸ ਲਈ ਇਸ ਵਾਰ ਨੌਜਵਾਨਾਂ ਵਿੱਚ ਆਪਣੀ ਕਮੀਜ਼ ਦਾ ਰੰਗ ਬਦਲਣ ਦੀ ਇੱਛਾ ਹੈ ਉਹਨਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਦਿੱਲੀ ਅਤੇ ਪੰਜਾਬ ਵਿੱਚ ਕੇਜਰੀਵਾਲ ਦੀਆਂ ਸਰਕਾਰਾਂ ਬਣਾਈਆਂ ਹੁਣ ਗੁਜਰਾਤ ਵਿੱਚ ਨੌਜਵਾਨ ਵਰਗ ਅਜਿਹਾ ਹੀ ਤਜਰਬਾ ਕਰੇਗਾ ਸਿੱਧੂ ਮੂਸੇਵਾਲਾ ਦੇ ਕਤਲकांड ਦਾ ਮਾਸਟਰਮਾਈਂਡ ਇਸ ਸਮੇਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਡਿਟੇਨ ਕੀਤਾ ਗਿਆ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਸ੍ਰੀ ਮਾਣੇ ਸਮੇਂ ਗੁਜਰਾਤ ਦੌਰੇਤੇ ਨੇ ਅਤੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਤੇ ਮੋੜ ਲਗਾ ਦਿੱਤੀ ਹੈ ਮੂਸੇਵੜਾ ਦੇ ਮਾਪਿਆਂ ਤੇ ਫੈਨਜ਼ ਵੱਲੋਂ ਇਸ ਗੱਲ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਗੈਂਗਸਟਰ ਬਰਾੜ ਦੇ ਫੜੇ ਜਾਣ ਦੀ ਪੁਸ਼ਟੀ ਹੋ ਜਾਵੇ ਇਸ ਨੂੰ ਲੈ ਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਜਰਾਤ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਹ ਸਪਸ਼ਟ ਕੀਤਾ ਗਿਆ ਕਿ ਗੋਲਡੀ ਬਰਾੜ ਕੈਲੀਫੋਰਨੀਆ ਵਿੱਚ ਨਜ਼ਰਬੰਦ ਹੈ ਤੇ ਜਲਦ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ ਐਨਆਈਏ ਤੇ ਹੋਰ ਜਾਂਚ ਏਜੰਸੀਆਂ ਨੇ ਵੀ FBI ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਗੋਲਡੀ ਬਰਾੜ ਅਮਰੀਕਾ ਵਿੱਚ ਡੀਟੇਨ ਹੋ ਚੁੱਕਾ ਹੈ ਤੇ ਉਸ ਨੂੰ ਭਾਰਤ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਸੀਐਮ ਮਾਨ ਨੇ ਦਾਅਵਾ ਕਰਦੇ ਹੋਏ ਦੱਸਿਆ ਕਿ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੈਂਗਸਟਰ ਗੋਲਡੀ ਬਰਾੜ ਨੂੰ ਨਜ਼ਰਬੰਦ ਕੀਤਾ ਗਿਆ ਤੇ ਉਹਨਾਂ ਵੱਲੋਂ ਪੰਜਾਬ ਪੁਲਿਸ ਤੇ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਇਹ ਪੁੱਛਿਆ ਗਿਆ ਹੈ ਕਿ ਗੋਲਡੀ ਬਰਾੜ ਨੂੰ ਡਿਪੋਰਟ ਕੀਤਾ ਜਾਵੇ ਸੀਐਮ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਦੀ ਅਮਰੀਕਾ ਸਰਕਾਰ ਨਾਲ ਇਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਤੇ ਉਸ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ ਤਾਂ ਕਿ ਜਿਹੜੇ ਪਰਿਵਾਰਾਂ ਵਿੱਚ 70 ਵਿਛਾ ਦਿੱਤੇ ਉਹਨਾਂ ਪਰਿਵਾਰਾਂ ਨੂੰ ਸਕੂਨ ਮਿਲ ਸਕੇ ਉਹਨਾਂ ਦੱਸਿਆ ਕਿ ਮਸਤੇ ਵਾਲਾ ਕਤਲ ਕਾਂਡ ਵਿੱਚ ਗੋਲਡੀ ਬਰਾੜ ਮਾਸਟਰਮਾਈਂਡ ਸੀ ਇਸ ਤੋਂ ਇਲਾਵਾ ਹੋਰ ਵੀ ਸਨ ਸਾਡੇ ਕੋਲ ਸਾਰਿਆਂ ਦਾ ਰਿਕਾਰਡ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਉਮੀਦ ਹੈ ਕਿ ਗੋਲਡੀ ਬਰਾੜ ਦੀ ਗ੍ਰਿਫਤਾਰੀ ਨਾਲ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਹਰਿਆਣਾ ਵੱਲੋਂ ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਬਾਰੇ ਅੱਜ ਸਪੱਸ਼ਟ ਕੀਤਾ ਕਿ ਹਰਿਆਣਾ ਦੀ ਮੰਗ ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਨੂੰ ਪਰੋਸੇ ਵਿੱਚ ਲਿਆ ਜਾਵੇਗਾ ਅਤੇ ਜ਼ਮੀਨ ਦੇ ਮਾਮਲੇ ਤੇ ਕੋਈ ਇੱਕ ਤਰਫਾ ਨਿਰਣਾ ਨਹੀਂ ਕੀਤਾ ਜਾਵੇਗਾ ਰਾਜਪਾਲ ਆਏ ਬਿਆਨ ਪੰਜਾਬ ਲਈ ਤਰਵਾਸ ਬੰਦਨ ਵਾਲਾ ਹੈ ਸ਼੍ਰੀ ਪ੍ਰੋਹਿਤ ਨੇ ਕਿਹਾ ਕਿ ਹਰਿਆਣਾ ਨੇ ਜ਼ਮੀਨ ਲੈਣ ਲਈ ਪੱਤਰ ਦਿੱਤਾ ਹੈ ਅਸੀਂ ਪਹਿਲਾਂ ਦੋਵੇਂ ਸੂਬਿਆਂ ਨਾਲ ਗੱਲ ਕਰਾਂਗੇ ਅਤੇ ਮਿਲ ਬੈਠ ਕੇ ਇਸ ਮਾਮਲੇ ਤੇ ਗੱਲਬਾਤ ਕੀਤੀ ਜਾਵੇਗੀ ਚੇਤੇ ਰਹੇ ਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ 19 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੀ ਮੰਗ ਉਠਾਈ ਸੀ ਹਰਿਆਣਾ ਸਰਕਾਰ ਨੇ ਇਸ ਜ਼ਮੀਨ ਦੇ ਬਦਲੇ ਚੰਡੀਗੜ੍ਹ ਨੂੰ ਪੰਜਕੂਲਾ ਵਿੱਚ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ ਹਰਿਆਣਾ ਦੀ ਇਸ ਚਾਰਾ ਜੋਈ ਮਗਰੋਂ ਹੀ ਪੰਜਾਬ ਵਿੱਚ ਸਿਆਸਤ ਪੱਕ ਗਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 26 ਨਵੰਬਰ ਨੂੰ ਇਸ ਮੁੱਦੇ ਤੇ ਰਾਜਪਾਲ ਨੂੰ ਮਿਲ ਕੇ ਹਰਿਆਣਾ ਸਰਕਾਰ ਦੀ ਇਸ ਪੈਲ ਦਾ ਸਖਤ ਵਿਰੋਧ ਕੀਤਾ ਸੀ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਹਰਿਆਣਾ ਦੀ ਇਸ ਤਜਵੀਜ਼ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਵਿਗੜ ਸਕਦੀ ਹੈ। ਉਹਨਾਂ ਇਸ ਦਾ ਵਿਰੋਧ ਕਰਦੇ ਆ ਅਜਿਹੀ ਤਜਵੀਜ਼ ਨੂੰ ਪੰਜਾਬ ਦੇ ਹੱਕਾਂ ਦਾ ਵਿਰੋਧ ਵਿੱਚ ਉਠਾਇਆ ਗਿਆ ਕਦਮ ਦੱਸਿਆ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ 521 ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦਾ ਦਰਜਾ ਘਟਾਉਣ ਦੀ ਤਿਆਰੀ ਕਰ ਰਹੀ ਹੈ ਆਪ ਸਰਕਾਰ ਇਹਨਾਂ ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਤੇ ਮੁਹੱਲਾ ਕਲੀਨਿਕ ਖੋਲਣ ਜਾ ਰਹੀ ਹੈ ਇੰਨਾ ਹੀ ਨਹੀਂ ਸਰਕਾਰ ਵੱਲੋਂ ਲਗਾਤਾਰ ਪ੍ਰਤੀ ਕਲੀਨਿਕ ਤੇ 25 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਆਪ ਨੇ ਦਿੱਲੀ ਦੀ ਤਰਜ਼ ਤੇ ਸੂਬੇ ਵਿੱਚ ਮੁਹੱਲਾ ਕਲੀਨਿਕ ਸਥਾਪਿਤ ਕਰਨ ਦੀ ਗੱਲ ਕੀਤੀ ਸੀ ਸਰਕਾਰ ਬਣਨ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿੱਚ ਸੂਬੇ ਵਿੱਚ 100 ਮੁਹੱਲਾ ਕਲੀਨਿਕ ਖੋਲੇ ਗਏ ਜਿਸ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਗਏ ਦੱਸ ਦਈਏ ਕਿ ਆਪ ਸਰਕਾਰ ਵੱਲੋਂ ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਲਈ ਕੁੱਲ 130 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸਿਹਤ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਹਰੇਕ ਮੁਹੱਲਾ ਕਲੀਨਿਕਾਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਅਤੇ ਠੀਕ ਕਰਨ ਲਈ ਵੱਧ ਤੋਂ ਵੱਧ 25 ਲੱਖ ਰੁਪਏ ਖਰਚ ਕਰਨ ਲਈ ਕਿਹਾ ਗਿਆ ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ 521 ਮੁਹੱਲਾ ਕਲੇ ਨੇ ਖੋਲਣ ਦੀ ਯੋਜਨਾ ਤਹਿਤ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਵਿੱਚ 44 ਬਰਨਾਲਾ ਵਿੱਚ 12 ਬਟਿੰਡਾ ਵਿੱਚ 24 ਫਰੀਦਕੋਟ ਵਿੱਚ 11 ਫਤਿਹਗੜ੍ਹ ਸਾਹਿਬ ਵਿੱਚ 15 ਫਾਜ਼ਿਲਕਾ ਵਿੱਚ 22 ਫਿਰੋਜ਼ਪੁਰ ਵਿੱਚ 19 ਗੁਰਦਾਸਪੁਰ ਵਿੱਚ 33 ਹੁਸ਼ਿਆਰਪੁਰ ਵਿੱਚ 33 ਜਲੰਧਰ ਵਿੱਚ 37 ਕਪੂਰਥਲਾ ਮਲੇਰਕੋਟਲਾ 74 ਲੁਧਿਆਣਾ ਵਿੱਚ 14 ਸੀਟਾਂ ਨੇ ਸਤ ਮਾਨਸਾ ਵਿੱਚ 15 ਮੁਹੱਲਾ ਕਲੀਨਿਕ ਮੋਗਾ ਵਿੱਚ 23 ਪਠਾਨਕੋਟ ਵਿੱਚ 11 ਪਟਿਆਲਾ ਵਿੱਚ 40 ਰੂਪਨਗਰ ਵਿੱਚ 14 ਐਸ اے ਐਸ ਨਗਰ ਵਿੱਚ 19 ਸੰਗਰੂਰ ਵਿੱਚ 26 ਐਸ ਬੀ ਐਸ ਨਗਰ ਵਿੱਚ 18 ਮੁਕਤਸਰ ਸਾਹਿਬ ਵਿੱਚ 19 ਅਤੇ ਤਰਨਤਾਰਨ ਵਿੱਚ 18 ਮੁਹੱਲਾ ਕਲੀਨਿਕ ਖੁੱਲਣ ਜਾ ਰਹੇ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਅੱਗੇਤੀ ਰਿਹਾਈ ਲਈ ਪੈਰੋਲ ਦਾ ਵੀ त्याਗ ਕਰਨਾ ਪਿਆ ਹੁਣ ਉਹ 26 ਜਨਵਰੀ 2023 ਨੂੰ ਗਣਤੰਤਰ ਦਿਵਸ ਮੌਕੇ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਦੇ ਅਧੀਨ ਪਾਰਸ ਸਰਕਾਰ ਵੱਲੋਂ ਕੈਦੀਆਂ ਨੂੰ ਅਗੇਤੀ ਰਿਹਾਈ ਦੀ ਸੁਵਿਧਾ ਦੇਣ ਤੇ ਅਧਾਰਿਤ ਸਜ਼ਾ ਤੋਂ ਕਰੀਬ 4 ਮਹੀਨੇ ਪਹਿਲਾਂ ਹੀ ਰਹਾ ਹੋ ਸਕਦੇ ਨੇ ਇਸ ਨੀਤੀ ਤਹਿਤ ਉਦੋਂ ਤੱਕ ਉਹ ਆਪਣੇ 1 ਸਾਲ ਦੀ ਕੈਦ ਦਾ 68% ਹਿੱਸਾ ਕਟਣ ਕਰਕੇ ਅਗੇਤੀ ਰਿਹਾਈ ਦੇ ਹੱਕਦਾਰ ਹੋ ਜਾਣਗੇ ਜਾਣਕਾਰੀ ਅਨੁਸਾਰ ਨਿਯਮਾਂ ਮੁਤਾਬਕ ਮਿਲਣ ਵਾਲੀ ਇਸ ਰਿਹਾਈ ਦਾ ਲਾਭ ਪਾਉਣ ਲਈ 64% ਸਜ਼ਾ ਭੁਗਤਣੀ ਲਾਜ਼ਮੀ ਹੈ ਜੇਕਰ ਸਿੱਧੂ ਪੈਰੋਲ ਤੇ ਚਲੇ ਜਾਂਦੇ ਨੇ ਤਾਂ 4 ਮਹੀਨੇ ਪਹਿਲਾਂ ਰਿਹਾ ਹੋਣ ਦਾ ਮੌਕਾ ਖੁੰਝ ਜਾਣਾ ਸੀ ਜੇਲ੍ਹ ਨਿਯਮਾਂ ਮੁਤਾਬਿਕ ਆਮ ਕੈਦੀਆਂ ਲਈ 1 ਸਾਲ ਵਿੱਚ 16 ਹਫ਼ਤੇ 112 ਦਿਨ ਦੀ ਪੈਰੋਲ ਛੁੱਟੀ ਦੀ ਸਹੂਲਤ ਉਂਝ ਕਿਸੇ ਵੀ ਨਵੇਂ ਕੈਦੀ ਲਈ ਪੈਰੋਲ 4 ਮਹੀਨਿਆਂ ਦੀ ਕੈਦ ਕੱਟਣ ਮਗਰੋਂ ਹੀ ਮਿਲਦੀ ਹੈ ਇਸੇ ਤਰ੍ਹਾਂ ਨਵਜੋਤ ਸਿੱਧੂ ਵੀ 20 ਸਤੰਬਰ 2022 ਤੋਂ ਮਗਰੋਂ ਪੈਰੋਲ ਤੇ ਜਾਣ ਦੇ ਯੋਗ ਬਣ ਗਏ ਸਨ ਪਰ ਜੇਕਰ ਉਹ ਪੈਰੋਲ ਤੇ ਆ ਜਾਂਦੇ ਤਾਂ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਦੇ ਅਧੀਨ ਬਾਦ ਸਰਕਾਰ ਵੱਲੋਂ ਕੈਦੀਆਂ ਨੂੰ ਅਗੇਤੀ ਰਿਹਾਈ ਦੀ ਸੁਵਿਧਾ ਦੇਣ ਤੇ ਆਧਾਰਿਤ ਲਾਂਦੀ ਗਈ ਪਾਲਿਸੀ ਵਿਚਲਾ ਸਿੱਧੂ ਦਾ ਹਿਸਾਬ ਕਿਤਾਬ ਵਿਗੜ ਜਾਣਾ ਸੀ। ਇਹ ਸਨ ਅੱਜ ਦੀਆਂ ਮੁੱਖ ਮੁੱਖ ਖਬਰਾਂ। ਹੋਰ ਅਪਡੇਟਸ ਤੇ ਲਈ ਵੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ। ਸਬਸਕ੍ਰਾਈਬ ਕਰੋ ਪੰਜਾਬ ਮੇਲ ਯੂਐਸਏ ਟੀਵੀ। ਸਾਸ੍ਰੀਕਾਲ।